ਅੱਜ ਅਸੀਂ 4 ਦਸੰਬਰ ਦੀਆਂ ਸਿੱਖ ਤਾਰੀਖ ਦੀਆਂ ਘਟਨਾਵਾਂ ਦਾ ਚਰਚਾ ਕਰਾਂਗੇ। ਸਭ ਤੋਂ ਪਹਿਲੀ ਘਟਨਾ 1987 ਦੀ ਹੈ। ਇਸ ਦਿਨ ਪੰਜਾਬ ਪੁਲਿਸ ਨੇ ਸੁਰਿੰਦਰ ਸਿੰਘ ਪੱਪੂ ਨਾਂ ਦੇ ਇੱਕ ਸਿੱਖ ਨੌਜਵਾਨ ਨੂੰ ਨਕਲੀ ਮੁਕਾਬਲੇ 'ਚ ਮਾਰ ਦਿੱਤਾ। 1987 ਦੀ ਜਿਹੜੀ 4 ਦਸੰਬਰ ਦੀ ਹੋਰ ਘਟਨਾ ਇਹ ਹੈ ਕਿ ਅਸੀਂ ਜਾਣਦੇ ਹਾਂ ਕਿ ਪ੍ਰੋਫੈਸਰ ਦਰਸ਼ਨ ਸਿੰਘ ਜਿਹੜੇ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਸਨ, ਉਹਨਾਂ ਨੇ 4 ਅਗਸਤ 1987 ਦੇ ਦਿਨ ਇੱਕ ਕਨਵੈਨਸ਼ਨ ਬੁਲਾਈ ਸੀ ਤੇਜਾ ਸਿੰਘ ਸਮੁੰਦਰੀ ਹਾਲ 'ਚ, ਜਿਹਦੇ 'ਚ ਖਾੜਕੂ ਤੜੇ ਅਕਾਲੀ ਦਲ ਨੌਜਵਾਨ ਜਥੇਬੰਦੀਆਂ ਅਤੇ ਹੋਰਨਾਂ ਸਾਰਿਆਂ ਨੂੰ ਜਿਹੜਾ ਬੁਲਾਇਆ ਗਿਆ ਸੀਗਾ। ਔਰ ਕਿਉਂਕਿ ਸਰਕਾਰ ਨਾਲ ਗੱਲਬਾਤ ਹੋ ਚੁੱਕੀ ਸੀ, ਇਸ ਕਰਕੇ ਪੁਲਿਸ ਜਿਹੜੀ ਹੈ ਔਰ ਫੌਜ ਜਿਹੜੀ ਸੀ ਸਾਰੀ ਪੰਜਾਬ 'ਚੋਂ ਅੰਮ੍ਰਿਤਸਰ 'ਚੋਂ ਨਿਕਲ ਗਈ ਸੀ ਤਾਂ ਜੋ ਖਾੜਕੂ ਵੀ ਜਿਹੜੇ ਆਰਾਮ ਨਾਲ ਆ ਸਕਣ ਅਤੇ ਉਹਨਾਂ ਨੂੰ ਰਸਤੇ 'ਚ ਗ੍ਰਿਫਤਾਰ ਨਾ ਕੀਤਾ ਜਾਏ। ਪਰ ਜਦੋਂ ਇਹ ਕਾਨਫਰੰਸ ਹੋਈ ਹੈ ਅਤੇ ਕਾਨਫਰੰਸ ਦੇ ਵਿੱਚ ਜਿਹੜੀਆਂ ਮਤੇ ਪਾਸ ਕੀਤੇ ਗਏ ਨੇ, ਉਹ ਮਤੇ ਜਿਹੜੇ ਨੇ ਉਹ ਖਾੜਕੂ ਨੂੰ ਪਸੰਦ ਨਹੀਂ, ਮਨਜ਼ੂਰ ਨਹੀਂ ਸਨ, ਤਾਂ ਖਾੜਕੂਆਂ ਨੇ ਇਸ ਨੂੰ ਰੱਦ ਕਰਤਾ। ਉਂਝ ਇਸ ਕਨਵੈਨਸ਼ਨ ਤੋਂ ਬਾਅਦ ਇੱਕ ਐਲਾਨ ਕੀਤਾ ਗਿਆ ਵੀ ਜਿਹੜਾ ਇੱਕ ਮਤਾ ਪਾਸ ਕੀਤਾ ਗਿਆ ਕਿ ਪੰਥ ਦਾ ਨਿਸ਼ਾਨਾ ਜਿਹੜਾ ਉਹ ਹੈ ਪੰਥਕ ਆਜ਼ਾਦੀ। ਅਤੇ ਪ੍ਰੋਫੈਸਰ ਦਰਸ਼ਨ ਸਿੰਘ ਦੀਆਂ ਕੁਝ ਗੱਲਾਂ ਐਸੀਆਂ ਸਨ ਜਿਨ੍ਹਾਂ 'ਤੇ ਬਹੁਤ ਹੀ ਜ਼ਿਆਦਾ ਇਤਰਾਜ਼ ਕੀਤਾ ਗਿਆ। ਅਖੀਰ ਮਤਾ ਪਾਸ ਇਹ ਹੋਇਆ ਕਿ ਸਿੱਖ ਪੰਥ ਦਾ ਨਿਸ਼ਾਨਾ ਉੱਤਰੀ ਭਾਰਤ ਵਿੱਚ ਇੱਕ ਅਜਿਹਾ ਇਲਾਕਾ ਅਤੇ ਸਿਆਸੀ ਢਾਂਚਾ ਹਾਸਿਲ ਕਰਨਾ ਹੈ ਜਿੱਥੇ ਸਿੱਖ ਪੂਰੀ ਆਜ਼ਾਦੀ ਮਾਣ ਸਕਣ। ਇਸ ਦੇ ਹਾਸਿਲ ਕਰਨ ਦੀ ਅਗਵਾਈ ਜਿਹੜੀ ਹੈ ਅਕਾਲ ਤਖ਼ਤ ਕੋਲ ਹੋਵੇ, ਇਹ ਮਤਾ ਪਾਸ ਕਰਨ ਦਾ ਦਾਅਵਾ ਕੀਤਾ ਗਿਆ। ਤੋ ਇਹਦੇ ਨਾਲ ਹੀ ਪ੍ਰੋਫੈਸਰ ਦਰਸ਼ਨ ਨੇ ਕਮੇਟੀ ਬਣਾ ਦਿੱਤੀ ਗਈ ਜਿਹਦੇ 'ਚ ਜਿਹਨੇ ਇਹਦੇ ਵਾਸਤੇ ਐਕਸ਼ਨ ਕਰਨਾ ਸੀ। ਉਂਝ ਜਦੋਂ ਇਹ ਮਤਾ ਮੀਡੀਆ 'ਚ ਆਇਆ ਤਾਂ ਇਸ ਨੂੰ ਜਿਹੜੀਆਂ ਖਾੜਕੂ ਜਥੇਬੰਦੀਆਂ ਨੇ, ਬੱਬਰ ਖਾਲਸਾ, ਪੰਥਕ ਕਮੇਟੀ ਖਾਲਸਾ, ਲਿਬਰੇਸ਼ਨ ਫੋਰਸ ਖਾਲਸਾ, ਕਮਾਂਡਰ ਫੋਰਸ, ਸਿੱਖ ਕਨਫੈਡਰੇਸ਼ਨ, ਗੁਰਜੀਤ ਸਿੰਘ ਵਾਲੀ ਪਿੰਡਰਾਂਵਾਲਾ ਟਾਈਗਰ ਫੋਰਸ, ਇਹਨਾਂ ਸਾਰਿਆਂ ਨੇ ਇਸ ਮਤੇ ਨੂੰ ਰੱਦ ਕਰਤਾ ਅਤੇ ਇਸ ਨੂੰ ਮਨਜ਼ੂਰ ਤੋਂ ਨਾ ਕਰ ਦਿੱਤੀ। ਤੋ ਪ੍ਰੋਫੈਸਰ ਦਰਸ਼ਨ ਸਿੰਘ ਨੇ ਇਹਨਾਂ ਨੂੰ ਦੇਖ ਕੇ ਵੀ ਖਾੜਕੂਆਂ ਨੇ ਜਦੋਂ ਸਟੇਟਮੈਂਟਸ ਬਹੁਤ ਅਜੀਬ ਜਿਹੀਆਂ ਦਿੱਤੀਆਂ ਨੇ ਉਹਨਾਂ ਦੇ ਖਿਲਾਫ਼ ਦਿੱਤੀਆਂ ਨੇ, ਉਹਨਾਂ ਨੇ ਇਸ ਚੁੱਕ ਕਰਕੇ ਵਾਪਸ ਆਪਣੇ ਘਰ ਚਲੇ ਗਏ ਅਤੇ ਕਿਹਾ ਵੀ ਚੰਗਾ ਖਾੜਕੂ ਆਪਣੀ ਮਰਜ਼ੀ ਨਾ ਕਰਨਾ ਚਾਹੁੰਦੇ ਸੀ, ਉਹਨਾਂ ਦੇ ਕੋਲ ਅਗਵਾਈ ਅਸੀਂ ਉਹਨਾਂ ਨੂੰ ਦਿੰਦੇ ਹਾਂ। ਤੋ ਕੁਛ ਚੁੱਪ ਰਹਿਣ ਬਾਅਦ ਉਸ ਤੋਂ ਬਾਅਦ ਇਹਨਾਂ ਨੇ 4 ਅਗਸਤ ਤੋਂ ਬਾਅਦ ਪ੍ਰੋਫੈਸਰ ਦਰਸ਼ਨ ਸਿੰਘ ਨੇ ਐਲਾਨ ਕੀਤਾ ਕਿ 5 ਦਸੰਬਰ ਨੂੰ 3 ਮਹੀਨੇ ਬਾਅਦ ਵੀ ਅਸੀਂ ਜਿਹੜਾ 4 ਮਹੀਨੇ ਬਾਅਦ ਇੱਕ ਦਿੱਲੀ ਵਿੱਚ ਜਿਹੜਾ ਇੱਕ ਇਨਸਾਫ ਮਾਰਚ ਕਰਾਂਗੇ, ਜੋ ਪੰਜਾਬ 'ਚ ਸਿੱਖਾਂ ਨਾਲ ਹੋ ਰਿਹਾ ਉਹ ਜ਼ੁਲਮ ਹੈ ਅਤੇ ਇਨਸਾਫ ਲੈਣ ਲਈ ਮਾਰਚ ਕਰਾਂਗੇ। ਤੋ ਪ੍ਰੋਫੈਸਰ ਦਰਸ਼ਨ ਸਿੰਘ ਦੇ ਮਾਰਚ ਨੂੰ ਹਾਲਾਂਕਿ ਸਰਕਾਰ ਨੇ ਜਿਹੜਾ 4 ਅਗਸਤ ਦਾ ਮਤਾ ਸੀ ਉਹਦੇ 'ਤੇ ਖੁਸ਼ੀ ਜ਼ਾਹਰ ਕੀਤੀ ਸੀ ਵੀ ਚਲੋ ਸਾਡੀ ਕੋਈ ਥੋੜ੍ਹੀ ਜਿਹੀ ਖਾਲਿਸਤਾਨ ਤੋਂ ਘਾਟਾ ਦੀ ਗੱਲ ਹੋ ਗਈ ਹੈ, ਪਰ ਪ੍ਰੋਫੈਸਰ ਦਰਸ਼ਨ ਸਿੰਘ ਦੇ ਇਨਸਾਫ ਮਾਰਚ ਨੂੰ ਵੀ ਜਿਹੜੀ ਸਰਕਾਰ ਜਿਹੜੀ ਇਜਾਜ਼ਤ ਨਹੀਂ ਸੀ ਦੇਣਾ ਚਾਹੁੰਦੀ। ਯਾਨੀ ਇੱਕ ਬੰਦੇ ਨੂੰ ਤੁਸੀਂ ਵਰਤ ਕੇ ਅਤੇ ਉਸ ਤੋਂ ਬਾਅਦ ਵੀ ਉਹਦੇ ਨਾਲ ਜ਼ਿਆਦਤੀ ਤੁਸੀਂ ਕਰੋ, ਇਹ ਹਰਕਤ ਕੀਤੀ ਗਈ ਅਤੇ 31 ਦਸੰਬਰ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਉਹਨਾਂ ਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। 31 ਤੋਂ ਪ੍ਰਕਾਸ਼ ਸਿੰਘ ਬਾਦਲ ਜਿਹਨੇ ਇਸ ਇਨਸਾਫ ਮਾਰਚ ਵਿੱਚ ਹਿੱਸਾ ਲੈਣ ਦਾ ਕੋਈ ਨਹੀਂ ਸੀ ਅਜੇ ਪਲਾਨ, ਜਬਲਪੁਰ ਜੇਲ੍ਹ 'ਚੋਂ 2 ਤਰੀਕ ਨੂੰ ਰਿਹਾਅ ਕੀਤਾ ਸੀ, 4 ਤਰੀਕ ਨੂੰ ਆ ਗਿਆ ਅਤੇ ਉਸਨੇ ਇਸ ਜਿਹੜੀ 4 ਦਸੰਬਰ 1987 ਦਾ ਜਿਹੜਾ ਸੀਗਾ ਉਹਦੇ ਅਗਵਾਈ ਕੀਤੀ ਅਤੇ 487 ਜਿਹੜੇ ਸਨ ਉਹਨਾਂ ਦੇ ਨਾਲ ਇਹਨਾਂ ਸਾਰਿਆਂ ਨੂੰ ਉਦੋਂ ਗ੍ਰਿਫਤਾਰ ਕਰ ਲਿਆ ਗਿਆ। ਸੋ ਇਹ ਸੀ 4 ਦਸੰਬਰ 1987 ਦਾ ਦਿੱਲੀ ਦਾ ਇਨਸਾਫ ਮਾਰਚ। ਫਿਰ ਸਾਡੇ ਕੋਲ ਨਕਲੀ ਮੁਕਾਬਲੇ ਦੀਆਂ ਘਟਨਾਵਾਂ ਨੇ। 1987 ਦੀ ਘਟਨਾ 4 ਦਸੰਬਰ 1987 ਦਿਨ ਪੁਲਿਸ ਨੇ ਸੁਰਜੀਤ ਸਿੰਘ ਉਸ ਪੱਪੂ ਨੂੰ ਇੱਕ ਨਕਲੀ ਮੁਕਾਬਲੇ 'ਚ ਮਾਰ ਦਿੱਤਾ। 1999 ਦੀ ਘਟਨਾ ਹੈ, ਗੁਰਨਾਮ ਸਿੰਘ ਬੱਬਰ ਵਾਸੀ ਹਕੀਮਪੁਰ ਜਲੰਧਰ, ਜਿਹੜਾ ਹਕੀਮਪੁਰ ਆ ਜਲੰਧਰ ਦਾ ਸੀਗਾ, ਇਹਨੂੰ ਵੀ ਪੁਲਿਸ ਨੇ ਇੱਕ ਨਕਲੀ ਮੁਕਾਬਲੇ 'ਚ ਮਾਰਤਾ। 1990 ਦੀ ਵੀ ਘਟਨਾ ਹੈ ਕਿ ਪੁਲਿਸ ਨੇ 4 ਦਸੰਬਰ 1990 ਦੇ ਦਿਨ ਗੋਪਾਲ ਸਿੰਘ ਪੁੱਤਰ ਬਾਗ ਸਿੰਘ ਵਾਸੀ ਮਾਣੇਗੇ ਨੂੰ ਨਕਲੀ ਮੁਕਾਬਲੇ 'ਚ ਮਾਰ ਦਿੱਤਾ। ਇਸੇ ਦਿਨ ਪੁਲਿਸ ਨੇ ਗੁਰਬਾਜ ਸਿੰਘ ਬਾਜ ਉਰਫ ਗੁਲਜ਼ਾਰ ਸਿੰਘ ਵਾਸੀ ਸ਼ਾਹਪੁਰ ਜੱਜਾ, ਪਰਮਜੀਤ ਸਿੰਘ ਬੰਮਾ ਵਾਸੀ ਸੁਲਤਾਨਵਿੰਡ ਅੰਮ੍ਰਿਤਸਰ ਨੂੰ ਵੀ ਇੱਕ ਨਕਲੀ ਮੁਕਾਬਲੇ 'ਚ ਮਾਰ ਦਿੱਤਾ। 1992 ਦੀ ਘਟਨਾ ਹੈ ਕਿ 4 ਦਸੰਬਰ 1992 ਦੇ ਦਿਨ ਪੁਲਿਸ ਨੇ ਸੁਖਦੀਪ ਸਿੰਘ
ਪੁੱਤਰ ਭਾਨ ਸਿੰਘ ਵਾਸੀ ਟੁੱਟੀਆਂ ਨੂੰ ਇੱਕ ਨਕਲੀ ਮੁਕਾਬਲੇ 'ਚ ਮਾਰ ਦਿੱਤਾ। ਇਹ ਸਨ ਘਟਨਾਵਾਂ ਜਿਹੜੀਆਂ 4 ਦਸੰਬਰ ਨੂੰ ਹੋਈਆਂ ਅਤੇ ਇਸ ਵਾਰੀ ਇੱਕ 'ਚ ਰਿਕਾਰਡ ਕੀਤੀਆਂ ਗਈਆਂ। ਸ਼ੁਕਰੀਆ।